बिस्मिल्लाहिर्रहमानिर्रहीम अस्सलाम इब्रहीम असलकम देख रहे जी पाक बफलो टीवी यूट्यूब चैनल इस अलावा हाफज अजहर जट ऑफिशियल फेसबुक पेज दोस्तों के शौक दो नीली रावी दझा हाई मिल्किंग लैके आए हैं गबन मझा ने इन्होंने मजा जे ओनर ने चोरी रमल जाहर साहब साढ़े नौजूद है तो लोकेशन भी दोस्तों दसनेझ बारे दे भी तफसील दसने असल वाईकुम असलम हाफिज साहब के अलहमदुल्ला ਅੱਲਾ ਦੀ ਰਹਿਮਤ ਤੁਸੀਂ ਸੁਣਾਓ ਠੀਕ ਠਾਕ ਜੀ الحمدللہ الحمدللہ ਆਫਸਾਬ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣੇ ਕੀਮਤੀ ਟਾਈਮ ਚੋਂ ਥੋੜਾ ਜਿਹਾ ਟਾਈਮ ਦਿੱਤਾ ਤੇ ਦੋਸਤੋ ਬਾਦ ਸ਼ੁਕਰੀਆ ਜਨਾਬ ਚੌਧਰੀ ਮਨਵਰ ਅਰਾਈ ਸਾਹਿਬ ਦਾ ਜਿਨ੍ਹਾਂ ਦੀ ਕਾਵਸ਼ ਦੇ ਨਾਲ ਤੁਸੀਂ ਸਾਡੇ ਕੋਲ ਪਹੁੰਚੇ ਤੇ ਸਾਡੇ ਜਾਨਵਰਾਂ ਦਾ ਸ਼ੋਅ ਸੋਸ਼ਲ ਮੀਡੀਆ ਤੇ ਕਰਾਉਣ ਵਾਸਤੇ ਹਾਜ਼ਰ ਹੋਏ ਬਹੁਤ ਮਿਹਰਬਾਨੀ ਤੇ ਭਾਈ ਜਿਹੜੀ ਇਸ ਵੇਲੇ ਮਾਝੀ ਦੋਸਤ ਸਕਰੀਨ ਤੇ ਦੇਖ ਰਹੇ ਆ ਇਹ ਕਿੰਵੇਂ ਸੂਏ ਦੀ ਮਾਝਾ ਤੇ ਕੀ ਇਹਦਾ ਦੋਦਰਾ ਰਿਕਾਰਡ ਸਾਰਾ ਤਫਸੀਲ ਨਾਲ ਦੱਸੋ ਹਾਫਾ ਜੀ ਇਹ ਚੌਥਾ ਸੂਏ ਸੋਨਾ ਜੀ ਇਹਨੇ ਅੱਛਾ ਤੇ ਇਹਦਾ ਨਾਮ ਆ ਰਾਣੀ ਰੱਖਿਆ ਹੋਇਆ ਜੀ ਹਾਂਜੀ ਤੇ ਸਾਫਕਾ ਮਿਲ ਕੇ ਰਿਕਾਰਡ ਇਹਦਾ ਹੈਗਾ ਜੀ 20 ਪਲੱਸ ਤੇ ਸਹੀ ਤੇ ਹੋਰ ਤੁਹਾਡੀ ਮਾਝ ਦੀ ਖੂਬਸੂਰਤੀ ਮਾਝ ਟਿੱਟ ਕਾਲੀ ਮੁਸ਼ਕੀ ਹੈ ਅੱਛਾ ਜੀ ਤੇ ਦੋਮ ਦਾ ਸਿੱਟਾ ਸਫੈਦ ਹੈ ਇਹਦਾ ਤੇ ਇਹਦੀ ਖੂਬਸੂਰਤੀ ਤੁਹਾਡੇ ਸਾਹਮਣੇ ਜਨਾਬ ਹਾਂਜੀ ਤੇ ਚੌਥੇ ਸੂਏ ਵਾਸਤੇ ਤਿਆਰ ਹੋ ਰਹੀ ਆ ਤੇ ਦੋਸਤਾਂ ਵਾਸਤੇ ਤੋਹਫਾ ਵਾ ਸਹੀ ਤੇ ਇਹ ਜਿਸ ਤਰ੍ਹਾਂ ਭਾਈ ਰਮਲੇ ਦੀ ਤੁਸੀਂ ਸਾਰੀ ਗੱਲਬਾਤ ਦੱਸੀ ਆ ਤੇ ਇਹਦਾ ਤੁਸੀਂ ਰੇਟ ਵੀ ਦੱਸੋ ਕਿ ਕੀ ਤੁਸੀਂ ਡਿਮਾਂਡ ਕਰਦੇ ਜੀ ਇਹ ਕਿੰਨੇ ਕ ਦਿਨ ਲੈਂਦੀ ਹੈ ਇਹ ਸੂਨ ਚ ਸਰ ਸੂਨ ਨੂੰ ਹੱਲੇ ਸਾਡਾ ਅੰਦਾਜ਼ਾ ਹੈ ਵੀ 8 ਦਿਨ ਇਹਨੇ ਕੱਢ ਜਾਣੇ ਆ 8 ਤੋਂ 10 ਦਿਨ ਕੱਢ ਜਾਏਗੀ ਅੱਛਾ ਜੀ ਤੇ ਰੇਟ ਜੇ ਤਾਂ ਪਿਆਰ ਮੁਹੱਬਤ ਦੇ ਨਾਲ ਦੋਸਤਾਂ ਵਾਸਤੇ ਜੀ 12 ਲੱਖ ਰੁਪਇਆ ਵਾ ਅੱਛਾ ਬਾਕੀ ਕੋਈ ਕਮੀ ਬੇਸ਼ੀ ਦੀ ਗੰਜائش ਕਰ ਲਾਂਗੇ ਚਲੋ ਠੀਕ ਹੋ ਗਿਆ ਦੂਸਰੀ ਮੱਝ ਵੀ ਦਿਖਾਓ ਜੀ ਜੀ ਇਸ ਵੇਲੇ ਦੂਸਰੇ ਨੰਬਰ ਵਾਲੀ ਮੱਝ ਜਿਹੜੀ ਫਾਰ ਸੇਲ ਆ ਇਦੇ ਬਾਰੇ ਚ ਪੁੱਛਦੇ ਆ ਬਾਈ ਰਮਲਕੋ ਬਾਈ ਰਮਲ ਇਹਦੀ ਤਫਸੀਲ ਦੱਸੋ ਕਿ ਨਵਾਂ ਸੁਭਾ ਵਾ ਇਹ ਆਫਤ ਜੀ ਇਹ ਵੀ ਚੌਥਾ ਸੁਭਾ ਸੁਣੀ ਆ ਅੱਛਾ ਜੀ ਤੇ ਪਿਛਲੇ ਦਾ ਸਾਬਕਾ ਮਿਲਕ ਰਿਕਾਰਡ ਜਿਹੜਾ 22 ਪਲੱਸ ਆ ਅੱਛਾ ਜੀ ਤੇ ਇਹ ਬਸ ਥੋੜੇ ਦਿਨ ਲੈ ਦੋ ਚਾਰ ਦਿਨ ਹੀ ਘਟਦੀ ਆ ਹੁਣ ਸਹੀ ਤੇ ਸਾਬਕਾ ਮਿਲਕ ਰਿਕਾਰਡ ਇਹਦਾ ਜਿਹੜਾ ਨਾ 22 ਪਲੱਸ ਅਲਹਮਦੁਲਿਲਾ ਨੇ ਕੀਤਾ ਵਾ ਤੇ ਇਨਸ਼ਾਅੱਲਾ ਇਸ ਵਾਰ ਵਧਾਏਗੀ ਉਮੀਦ ਆ ਪੂਰੀ ਸਾਨੂੰ ਸਹੀ ਤੇ ਇਹਦਾ ਵੀ ਕੀ ਮੁੱਲ ਤੁਸੀਂ ਕਰ ਰਹੇ ਜੀ ਇਹਦਾ ਜਨਾਮ ਅਸੀਂ ਮੁੱਲ 7 ਲੱਖ ਰੁਪਇਆ ਕਰ ਰਹੇ ਆ ਅੱਛਾ ਜੀ ਜੀ ਇਹ ਦੋਨੋਂ ਮੱਜਾਂ ਗੱਬਨ ਨੇ ਤਿਆਰ ਨੇ ਤੇ ਥਾਨ ਹਵਾਨੇ ਦੀ ਜਿਹੜੀ ਇਹਨਾਂ ਦੀ ਗਾਰੰਟੀ ਹੈ ਥਾਨ ਹਵਾਨੇ ਦੀ ਬਿਲਕੁਲ ਸਾਫ਼ ਆ ਜੀ ਥੱਲੋਂ ਬਿਲਕੁਲ ਪੱਧਰ ਮੱਜਾਂ ਨੇ ਚੁਆਈ ਬਿਲਕੁਲ ਨਰਮ ਆ ਸਹੀ ਆਮ ਗਲਤਰਾ ਮੋਟੀ ਧਾਰ ਪੈਂਦੀ ਆ ਠੀਕ ਹੋ ਗਿਆ ਕਿਸੇ ਦੋਸਤ ਨੂੰ ਜ਼ਰੂਰਤ ਹੋਵੇ ਖੁਸ਼ਮੰਦ ਹੋਵੇ ਤਾਂ ਰਾਬਤਾ ਕਰ ਸਕਦਾ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ ਜੀ ਬਹੁਤ ਮਿਹਰਬਾਨ